हां जी प्यारे विद्यार्थियों आज ਆਪਾਂ ਆਪਣੇ ਟਰਮ 2 ਪ੍ਰੀਖਿਆ ਦੀ ਤਿਆਰੀ ਦੇ ਲਈ ਜਿਹੜਾ ਆਪਣਾ ਅਗਲਾ ਪਾਠ ਹੈ ਪਾਠ ਨੰਬਰ 6 ਜੈਵਿਕ ਪ੍ਰਕਿਰਿਆਵਾਂ ਤਾਂ ਬੱਚੇ ਅੱਜ ਆਪਾਂ ਇਸ ਪਾਠ ਦੇ ਅਧਿਆਏ ਅੰਦਰਲੇ ਪ੍ਰਸ਼ਨ ਉੱਤਰ ਨੇ ਜਿਹੜੇ ਉਹ ਡਿਸਕਸ ਕਰਾਂਗੇ ਤਾਂ ਦੇਖੋ ਬੱਚੇ ਪਹਿਲਾ ਕੁਐਸਚਨ ਹੈ ਆਪਣਾ ਮਨੁੱਖਾਂ ਜਿਹੇ ਬਹੁ ਸੈਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਪ੍ਰਸਾਰਣ ਕਿਉਂ ਕਾਫੀ ਨਹੀਂ ਹੈ ਤਾਂ ਬੱਚੇ ਮਨੁੱਖਾਂ ਜਿਹੇ ਬਹੁਤ ਸਾਰੇ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਦੇ ਲਈ ਪ੍ਰਸਾਰਣ ਕਾਫੀ ਕਿਉਂ ਨਹੀਂ ਹੈ ਕਿਉਂਕਿ ਮਨੁੱਖਾਂ ਜਿਹੇ ਬਹੁਤ ਸਾਰੇ ਜੀਵਾਂ ਦੇ ਸਾਰੇ ਸੈੱਲ ਵਾਤਾਵਰਣ ਦੇ ਸਿੱਧੇ ਸੰਪਰਕ ਵਿੱਚ ਨਹੀਂ ਹੁੰਦੇ ਇਸ ਲਈ ਪ੍ਰਸਾਰਣ ਵਿਧੀ ਨਾਲ ਸਾਰੇ ਸੈੱਲ ਆਕਸੀਜਨ ਨਹੀਂ ਲੈ ਸਕਦੇ ਹਾਂਜੀ ਅਗਲਾ ਪ੍ਰਸ਼ਨ ਹੈ ਕੋਈ ਵਸਤੂ ਜੀਵਿਤ ਹੈ ਇਸ ਦਾ ਨਿਰਣਾ ਕਰਨ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ ਹਾਂਜੀ ਕੋਈ ਵਸਤੂ ਜੀਵਿਤ ਹੈ ਕਿ ਨਹੀਂ ਹੈ ਇਸ ਦਾ ਨਿਰਣਾ ਕਰਨ ਦੇ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ ਅਸੀਂ ਕੀ ਦੇਖਦੇ ਹਾਂ ਕਿ ਜੀਵਿਤ ਵਸਤੂ ਹੈ ਜਿਹੜੀ ਉਹਦੇ ਵਿੱਚ ਸਾਹ ਕਿਰਿਆ ਪ੍ਰਜਨਨ ਮਲ ਨਿਕਾਸ ਅਤੇ ਵਾਧਾ ਆਦਿ ਗੁਣ ਹੁੰਦੇ ਹਨ ਇਹ ਜਿਹੜੀ ਜੀਵਿਤ ਵਸਤੂ ਹੋਊਗੀ ਉਹ ਸਾਹ ਕਿਰਿਆ ਕਰੇਗੀ ਪ੍ਰਜਨਨ ਕਿਰਿਆ ਕਰੇਗੀ ਮਲ ਨਿਕਾਸ ਕਰੇਗੀ ਅਤੇ ਉਸ ਦਾ ਵਾਧਾ ਵੀ ਹੋਏਗਾ ਤਾਂ ਜਿਸ ਜਿਸ ਵਸਤੂ ਦੇ ਵਿੱਚ ਇਹ ਸਾਰੇ ਗੁਣ ਨੇ ਤਾਂ ਉਸ ਨੂੰ ਅਸੀਂ ਕੀ ਕਹਾਂਗੇ ਜੀਵਿਤ ਵਸਤੂ ਹਾਂਜੀ ਅਗਲਾ ਪ੍ਰਸ਼ਨ ਦੇਖੋ ਕਿਸੇ ਜੀਵ ਦੁਆਰਾ ਕਿਹੜੀ ਬਾਹਰਲੀ ਕੱਚੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਪਰਪੋਸ਼ੀ ਜੀਵ ਆਕਸੀਜਨ ਪਾਣੀ ਅਤੇ ਭੋਜਨ ਬਾਹਰੋਂ ਗ੍ਰਹਿਣ ਕਰਦੇ ਹਨ ਸਵੈ ਪੋਸ਼ੀ ਕਾਰਬਨ ਡਾਈਆਕਸਾਈਡ ਗੈਸ ਪਾਣੀ ਅਤੇ ਆਕਸੀਜਨ বায়ুমণ্ডল ਵਿੱਚੋਂ ਲੈਂਦੇ ਹਨ ਹਾਂਜੀ ਸਵੈ ਪੋਸ਼ੀ ਕਿਹੜੇ ਹੁੰਦੇ ਨੇ ਪੌਦੇ ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਆ ਤੇ ਪਰਪੋਸ਼ੀ ਕਿਹੜੇ ਹੁੰਦੇ ਆ ਬੱਚੇ ਜਿਹੜੇ ਆਪਣਾ ਭੋਜਨ ਦੂਜਿਆਂ ਤੋਂ ਪ੍ਰਾਪਤ ਕਰਦੇ ਆ ਤਾਂ ਜਿਹੜੇ ਪਰਪੋਸ਼ੀ ਨੇ ਇਹ ਬਾਹਰਲੀ ਕਿਹੜੀ ਕੱਚੀ ਸਮੱਗਰੀ ਦੀ ਵਰਤੋਂ ਕਰਦੇ ਨੇ ਪਰਪੋਸ਼ੀ ਨੇ ਜਿਹੜੇ ਇਹ ਬਾਹਰੋਂ ਆਕਸੀਜਨ ਪਾਣੀ ਅਤੇ ਭੋਜਨ ਇਹ ਚੀਜ਼ਾਂ ਇਹ ਬਾਹਰੋਂ ਗ੍ਰਹਿਣ ਕਰਦੇ ਨੇ ਜਦਕਿ ਸਵੈਪੋਸ਼ੀ ਨੇ ਜਾਂ ਜਿਹੜੇ ਪੌਦੇ ਨੇ ਜਿਹੜੇ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਨੇ ਇਹ ਬਾਹਰੋਂ ਕੀ ਕੁਝ ਪ੍ਰਾਪਤ ਕਰਦੇ ਆ ਕਾਰਬਨ ਡਾਈਆਕਸਾਈਡ ਗੈਸ ਪਾਣੀ ਅਤੇ ਆਕਸੀਜਨ ਇਹ ਸਭ ਕੁਝ ਇਹ ਵਾਯੂ ਮੰਡਲ ਦੇ ਵਿੱਚੋਂ ਲੈਂਦੇ ਨੇ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀਆਂ ਪ੍ਰਕਿਰਿਆਵਾਂ ਨੂੰ ਕਿਹੜੀਆਂ ਪ੍ਰਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ ਹਾਂਜੀ ਜੀਵਨ ਦੀ ਰੱਖਿਆ ਲਈ ਕਿਹੜੀਆਂ ਪ੍ਰਕਿਰਿਆਵਾਂ ਜ਼ਰੂਰੀ ਨੇ ਪੋਸ਼ਣ ਕਿ ਅਸੀਂ ਜਿਹੜਾ ਭੋਜਨ ਖਾਂਦੇ ਆ ਭੋਜਨ ਤੋਂ ਸਾਨੂੰ ਊਰਜਾ ਮਿਲਦੀ ਹੈ ਤੇ ਸਾਡੇ ਸਰੀਰ ਦੇ ਵਿੱਚ ਕੀ ਹੈ ਊਰਜਾ ਦਾ ਸੰਚਾਰ ਹੁੰਦਾ ਹੈਗਾ ਪੋਸ਼ਣ ਹੋ ਗਿਆ ਸਾਹ ਕਿਰਿਆ ਸਾਹ ਕਿਰਿਆ ਸਾਡੇ ਸਰੀਰ ਦੇ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਕਰਨ ਦੇ ਲਈ ਜ਼ਰੂਰੀ ਹੈ ਕਿਉਂਕਿ ਸਾਡੇ ਸੈੱਲਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਸਾਹ ਕਿਰਿਆ ਵੀ ਜ਼ਰੂਰੀ ਹੈ ਪਰਿਵਹਨ ਪਰ ਇਹ ਵਹਨ ਦਾ ਕੀ ਭਾਅ ਹੈ ਬੱਚੇ ਜਿਸ ਤਰ੍ਹਾਂ ਕਿ ਸਾਡੇ ਸਰੀਰ ਦੇ ਵਿੱਚ ਲਹੂ ਵਹਿੰਦਾ ਹੈਗਾ ਤਾਂ ਲਹੂ ਦੇ ਨਾਲ ਸਾਡੇ ਜਿਹੜਾ ਵਕ ਵਕ ਤਰ੍ਹਾਂ ਦੇ ਹਾਰਮੋਨ ਸਾਡੇ ਸਰੀਰ ਦੇ ਵਿੱਚ ਰਿਸਦੇ ਨੇ ਉਹ ਵੀ ਲਹੂ ਦੇ ਨਾਲ ਜਾਂ ਆਕਸੀਜਨ ਹੈ ਜਿਹੜੀ ਉਹ ਵੀ ਲਹੂ ਦੇ ਨਾਲ ਮਿਲ ਕੇ ਕੀ ਹੈਗਾ ਸਾਡੇ ਸਰੀਰ ਦੇ ਸਾਰੇ ਭਾਗਾਂ ਤੱਕ ਪਹੁੰਚਦੀ ਹੈ ਤੇ ਅਗਲੀ ਪ੍ਰਕਿਰਿਆ ਹੈਗੀ ਹੈ ਮਲ ਨਿਕਾਸ ਤਾਂ ਸਰੀਰ ਦੇ ਵਿੱਚੋਂ ਫालतू ਪਦਾਰਥਾਂ ਦਾ ਬਾਹਰ ਨਿਕਲਣਾ ਵੀ ਜ਼ਰੂਰੀ ਹੈ ਤੇ ਇਸ ਲਈ ਮਲ ਨਿਕਾਸ ਵੀ ਜਿਹੜਾ ਹੈਗਾ ਇਹ ਸਾਡੇ ਜੀਵਨ ਦੀ ਰੱਖਿਆ ਦੇ ਲਈ ਇਹ ਸਾਰੀਆਂ ਪ੍ਰਕਿਰਿਆਵਾਂ ਨੇ ਜਿਹੜੀਆਂ ਇਹ ਜ਼ਰੂਰੀ ਹਨ ਹਾਂਜੀ ਅੱਗੇ ਦੇਖੋ ਸਵੈ ਪੋਸ਼ੀ ਪੋਸ਼ਣ ਅਤੇ ਪਰ ਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ ਪਹਿਲਾਂ ਦੇਖੋ ਸਵੈ ਪੋਸ਼ੀ ਪੋਸ਼ਣ ਇਸ ਵਿੱਚ ਜੀਵ ਆਪਣਾ ਭੋਜਨ ਆਪ ਅਜੈਵਿਕ ਪਦਾਰਥਾਂ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਬਣਾਉਂਦੇ ਨੇ ਤਾਂ ਤੇ ਬੱਚੇ ਅਜੈਵਿਕ ਪਦਾਰਥ ਕਿਹੜੇ ਹੁੰਦੇ ਨੇ ਅਜੈਵਿਕ ਪਦਾਰਥ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜੀਵਨ ਨਹੀਂ ਹੈ ਤਾਂ ਅਜੈਵਿਕ ਪਦਾਰਥ ਕਿਹੜੇ ਨੇ ਦੇਖੋ ਕਾਰਬਨ ਡਾਈਆਕਸਾਈਡ ਪਾਣੀ ਸੂਰਜੀ ਰੋਸ਼ਨੀ ਤਾਂ ਇਹ ਸਾਰੇ ਅਜੈਵਿਕ ਪਦਾਰਥ ਨੇ ਤੇ ਜਿਹੜੇ ਜੀਵ ਇਹਨਾਂ ਅਜੈਵਿਕ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿੰਦਾਗਾ ਸਵੈ ਪੋਸ਼ੀ ਤੇ ਇਸ ਤਰ੍ਹਾਂ ਦੇ ਪੋਸ਼ਣ ਨੂੰ ਅਸੀਂ ਕੀ ਕਹਿੰਦੇ ਹਾਂਗੇ ਸਵੈ ਪੋਸ਼ੀ ਪੋਸ਼ਣ ਉਦਾਹਰਣ ਵਜੋਂ ਪੌਦੇ ਅਤੇ ਹਰੀ ਨੀਲੀ ਕਾਈ ਸਵੈ ਪੋਸ਼ੀ ਪੋਸ਼ਣ ਕਰਦੇ ਹਨ ਹਾਂਜੀ ਅੱਗੇ ਆ ਗਿਆ ਪਰ ਪੋਸ਼ੀ ਪੋਸ਼ਣ ਇਸ ਵਿੱਚ ਜੀਵ ਭੋਜਨ ਲਈ ਦੂਜੇ ਜੀਵਾਂ ਜਾਂ ਪੌਦਿਆਂ ਤੇ ਨਿਰਪਰ ਕਰਦੇ ਹਨ ਉਦਾਹਰਣ ਵਜੋਂ ਮਨੁੱਖ ਸਮੇਤ ਸਾਰੇ ਜੰਤੂ ਪਰ ਪੋਸ਼ੀ ਪੋਸ਼ਣ ਕਰਦੇ ਹਨ ਤਬੱਚੇ ਪਰਪੋਸ਼ੀਪੋਸ਼ਣ ਦੇ ਵਿੱਚ ਜਿਹੜੇ ਜੀਵ ਨੇਗੇ ਉਹ ਆਪਣਾ ਭੋਜਨ ਦੂਜਿਆਂ ਤੋਂ ਪ੍ਰਾਪਤ ਕਰਦੇ ਨੇ ਜਿਸ ਤਰ੍ਹਾਂ ਕਿ ਮਨੁੱਖ ਹੈ ਜਾਂ ਹੋਰ ਜੰਤੂ ਨੇ ਇਹ ਸਾਰੇ ਹੀ ਕੀ ਹੁੰਦੇ ਨੇ ਪਰਪੋਸ਼ੀ ਹੁੰਦੇ ਨੇ ਇਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਇਹ ਆਪਣਾ ਭੋਜਨ ਜਿਹੜਾ ਉਹ ਦੂਜਿਆਂ ਤੋਂ ਪ੍ਰਾਪਤ ਕਰਦੇ ਨੇ ਜਾਂ ਆਪਣਾ ਭੋਜਨ ਇਹ ਪੌਦਿਆਂ ਤੋਂ ਜਾਂ ਦੂਜੇ ਜਾਨਵਰਾਂ ਤੋਂ ਪ੍ਰਾਪਤ ਕਰਦੇ ਨੇ ਹਾਂਜੀ ਅਗਲਾ ਪ੍ਰਸ਼ਨ ਦੇਖੋ ਪੌਦਾ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ? ਹਾਂਜੀ ਪੌਦਾ ਪ੍ਰਕਾਸ਼ ਸੰਸਲੇਸ਼ਣ ਲਈ ਕਾਰਬਨ ਡਾਈਆਕਸਾਈਡ ਵਾਯੂ ਮੰਡਲ ਤੋਂ ਪਾਣੀ ਮਿੱਟੀ ਤੋਂ ਅਤੇ ਪ੍ਰਕਾਸ਼ ਸੂਰਜ ਤੋਂ ਲੈਂਦੇ ਹਨ। ਹਾਂਜੀ ਅਗਲਾ ਪ੍ਰਸ਼ਨ ਦੇਖੋ ਸਾਡੇ ਮੈਦੇ ਵਿੱਚ ਤੇਜਾਬ ਦੀ ਕੀ ਮਹੱਤਤਾ ਹੈ? ਹਾਂਜੀ ਸਾਡੇ ਮੈਦੇ ਵਿੱਚ ਤੇਜਾਬ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਪੈਪਸਿਨ ਐਨਜ਼ਾਈਮ ਦੀ ਕਿਰਿਆ ਲਈ ਤੇਜਾਬੀ ਮਾਧਮ ਵੀ ਤਿਆਰ ਕਰਦਾ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਪਾਚਕ ਐਨਜ਼ਾਈਮਾਂ ਦਾ ਕੀ ਕਾਰਜ ਹੈ ਹਾਂਜੀ ਪਾਚਕ ਐਨਜ਼ਾਈਮਾਂ ਦਾ ਕੀ ਕੰਮ ਹੁੰਦਾ ਹੈ ਪਾਚਕ ਐਨਜ਼ਾਈਮ ਭੋਜਨ ਦੇ ਗੁੰਝਲਦਾਰ ਅਣੂਆਂ ਨੂੰ ਸਰਲ ਅਣੂਆਂ ਦੇ ਵਿੱਚ ਤੋੜਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਪਚੇ ਹੋਏ ਭੋਜਨ ਨੂੰ ਜਜ਼ਬ ਕਰਨ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ਹਾਂਜੀ ਇਹਦਾ ਜਵਾਬ ਹੈ ਪਚੇ ਭੋਜਨ ਨੂੰ ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ਜਜ਼ਬ ਕਰਦੀਆਂ ਹਨ ਛੋਟੀ ਆਂਦਰ ਦੀ ਅੰਦਰਲੀ ਸਤ੍ਹਾ ਉੱਪਰ ਉਂਗਲੇ ਵਰਗੇ ਉਂਗਲੀਆਂ ਵਰਗੇ ਅਨੇਕ ਉਭਾਰ ਹੁੰਦੇ ਨੇ ਉਹਨਾਂ ਉਭਾਰਾਂ ਨੂੰ ਕੀ ਕਿਹਾ ਜਾਂਦਾ ਹੈਗਾ ਵਿਲਾਈ ਇਹ ਵਿਲਾਈ ਨੇ ਜਿਹੜੇ ਇਹ ਜਜ਼ਬ ਕਰਨ ਵਾਲੀ ਸਤਾ ਦਾ ਖੇਤਰਫਲ ਵਧਾ ਦਿੰਦੇ ਹਨ ਵਿਲਾਈ ਵਿੱਚ ਬਹੁਤ ਸਾਰੀਆਂ ਖੂਨ ਦੀਆਂ ਵਹਿਣੀਆਂ ਹੁੰਦੀਆਂ ਹਨ ਜੋ ਪਚੇ ਭੋਜਨ ਨੂੰ ਜਜ਼ਬ ਕਰਕੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਸਾ ਕਿਰਿਆਲੇ ਆਕਸੀਜਨ ਪ੍ਰਾਪਤ ਕਰਨ ਦੇ ਪੱਖ ਤੋਂ ਇੱਕ ਜਲੀ ਜੀਵ ਦੇ ਟਾਕਰੇ ਇੱਕ ਸਥਲੀ ਜੀਵ ਕਿਸ ਪ੍ਰਕਾਰ ਲਾਭ ਵਿੱਚ ਹੈ ਹੁਣ ਦੇਖੋ ਜਿਹੜੇ ਜਲੀ ਜੀਵ ਨੇ ਇਹ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਪ੍ਰਾਪਤ ਕਰਦੇ ਨੇ ਤਾਂ ਜਿਹੜੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਹੁੰਦੀ ਹੈ ਉਹ ਕੀ ਉਹਦੀ ਹੈ ਘਟ ਹੁੰਦੀ ਹੈ ਤਾਂ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਜਲੀ ਜੀਵਾਂ ਨੂੰ ਤੇਜ਼ੀ ਨਾਲ ਸਾਹ ਲੈਣਾ ਪੈਂਦਾ ਪਰ ਦੂਜੇ ਪਾਸੇ ਸਥਲੀ ਜੀਵ ਵਾਯੂ ਮੰਡਲ ਵਿੱਚੋਂ ਆਕਸੀਜਨ ਪ੍ਰਾਪਤ ਕਰਦੇ ਹਨ ਵਾਯੂ ਮੰਡਲ ਵਿੱਚ ਵਧੇਰੇ ਆਕਸੀਜਨ ਹੋਣ ਕਰਕੇ ਸਥਲੀ ਜੀਵਾਂ ਵਿੱਚ ਸਾਹ ਕਿਰਿਆ ਦੀ ਦਰ ਕੀ ਹੁੰਦੀ ਹੈ ਬੱਚੇ ਘੱਟ ਹੁੰਦੀ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੀਵਾਂ ਵਿੱਚ ਗਲੂਕੋਜ਼ ਦੇ ਆਕਸੀਕਰਨ ਤੋਂ ਊਰਜਾ ਪ੍ਰਾਪਤ ਕਰਨ ਦੇ ਭਿੰਨ-ਭਿੰਨ ਪੱਥ ਕੀ ਹਨ ਹਾਂਜੀ ਦਾ ਜਵਾਬ ਹੈ ਗਲੂਕੋਜ਼ ਤਿੰਨ ਕਾਰਬਨਾਂ ਵਾਲੇ ਅਣੂ ਪਾਇਰੂਵੇਟ ਵਿੱਚ ਸੈੱਲ ਪਦਾਰਥ ਵਿੱਚ ਟੁੱਟਦਾ ਹੈ ਪਾਇਰੂਵੇਟ ਅੱਗੇ ਵੱਖ-ਵੱਖ ਵਿਧੀਆਂ ਨਾਲ ਟੁੱਟ ਕੇ ਊਰਜਾ ਉਤਪੰਨ ਕਰਦਾ ਹੈ ਹਾਂਜੀ ਪਹਿਲਾਂ ਦੇਖੋ ਖਮੀਰ ਸ਼ੈਲਾਂ ਵਿੱਚ ਕਿਸ ਤਰ੍ਹਾਂ ਹੁੰਦਾ ਹੈ ਖਮੀਰ ਸ਼ੈਲਾਂ ਵਿੱਚ ਖਮੀਰਣ ਕਿਰਿਆ ਦੌਰਾਨ ਪਾਇਰੂਵੇਟ ਇਥੈਨੋਲ ਕਾਰਬਨ ਡਾਈਆਕਸਾਈਡ ਅਤੇ ਊਰਜਾ ਵਿੱਚ ਬਦਲ ਜਾਂਦਾ ਹੈ ਇਸ ਕਿਰਿਆ ਨੂੰ ਅਨੌਕਸੀ ਸਾਹ ਕਿਰਿਆ ਕਹਿੰਦੇ ਹਨ ਹਾਂਜੀ ਉਸ ਤੋਂ ਬਾਅਦ ਆ ਗਿਆ ਆਪਣਾ ਮਾਈਟੋਕਾਂਡਰੀਆ ਵਿੱਚ ਸੈੱਲ ਦੇ ਮਾਈਟੋਕਾਂਡਰੀਆ ਵਿੱਚ ਪਾਇਰੂਵੇਟ ਆਕਸੀਜਨ ਦੀ ਮੌਜੂਦਗੀ ਵਿੱਚ ਪਾਣੀ ਕਾਰਬਨ ਡਾਈਆਕਸਾਈਡ ਅਤੇ ਊਰਜਾ ਵਿੱਚ ਬਦਲ ਜਾਂਦਾ ਹੈ ਇਸ ਕਿਰਿਆ ਨੂੰ ਆਕਸੀ ਸਾਹ ਕਿਰਿਆ ਕਹਿੰਦੇ ਹਨ ਹਾਂਜੀ ਇਸ ਤੋਂ ਬਾਅਦ ਅੱਗੇ ਆ ਗਿਆ ਹੈ ਪੇਸ਼ੀ ਸੈੱਲਾਂ ਵਿੱਚ ਹਾਂਜੀ ਕਈ ਵਾਰ ਆਕਸੀਜਨ ਦੀ ਕਮੀ ਵਿੱਚ ਪਾਇਰੂਵੇਟ ਸਾਡੇ ਪੇਸ਼ੀ ਸੈੱਲਾਂ ਵਿੱਚ ਲੈਕਟਿਕ ਤਿਜਾਬ ਅਤੇ ਊਰਜਾ ਵਿੱਚ ਬਦਲ ਜਾਂਦਾ ਹੈ ਇਸ ਕਿਰਿਆ ਨੂੰ ਅਨ ਆਕਸੀ ਸਾਹ ਕਿਰਿਆ ਕਹਿੰਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਮਨੁੱਖ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਿਵਹਨ ਕਿਵੇਂ ਹੁੰਦਾ ਹੈ ਹਾਂਜੀ ਆਕਸੀਜਨ ਦਾ ਪਰਿਵਹਨ ਖੂਨ ਵਿੱਚ ਲਈ ਹੀਮੋਗਲੋਬਿਨ ਰਾਹੀਂ ਫੇਫੜਿਆਂ ਤੋਂ ਸਰੀਰ ਦੇ ਵੱਖ-ਵੱਖ ਸੈੱਲਾਂ ਤੱਕ ਧਮਾਣੀਆਂ ਰਾਹੀਂ ਹੁੰਦਾ ਹੈ ਕਾਰਬਨ ਡਾਈਆਕਸਾਈਡ ਖੂਨ ਵਿੱਚ ਵਧੇਰੇ ਘੁਲਣਸ਼ੀਲ ਹੁੰਦੀ ਹੈ ਇਸ ਲਈ ਇਹ ਖੂਨ ਦੇ ਪਲਾਜ਼ਮਾ ਵਿੱਚ ਘੁਲ ਕੇ ਟਿਸ਼ੂਆਂ ਤੋਂ ਫੇਫੜਿਆਂ ਤੱਕ ਸ਼ਿਰਾਵਾਂ ਰਾਹੀਂ ਪਰਿਵਹਨ ਕਰਦੀ ਹੈ ਇਸ ਦਾ ਪਰਿਵਹਨ ਹੀਮੋਗਲੋਬਿਨ ਦੁਆਰਾ ਵੀ ਹੁੰਦਾ ਹੈ ਹਾਂਜੀ ਆਪਣਾ ਅਗਲਾ ਪ੍ਰਸ਼ਨ ਦੇਖੋ ਗੈਸਾਂ ਦੇ ਵਟਾਂਦਰੇ ਲਈ ਵਿਧੇਰੇ ਖੇਤਰਫਲ ਪ੍ਰਾਪਤ ਕਰਨ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਵਿੱਚ ਕੀ ਖਾਸ ਗੁਣ ਹੈ ਇਹਨਾਂ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ਹਾਂਜੀ ਫੇਫੜਿਆਂ ਵਿੱਚ ਗੁਬਾਰੇ ਵਰਗੀਆਂ ਐਲਵੀਓਲਾਈ ਜਾਂ ਹਵਾ ਥੈਲੀਆਂ ਹੁੰਦੀਆਂ ਹਨ ਜੋ ਗੈਸਾਂ ਦੀ ਆਦਲਾ ਬਦਲੀ ਲਈ ਵਧੇਰੇ ਖੇਤਰਫਲ ਵਾਲੀ ਸਤਾ ਉਪਲਬਧ ਕਰਾਉਂਦੀਆਂ ਹਨ ਐਲਵੀਓਲਾਈ ਦੀਆਂ ਕੰਧਾਂ ਵਿੱਚ ਲਹੂ ਵਹੀਨੀਆਂ ਦਾ ਵਿਸਤ੍ਰਿਤ ਜਾਲ ਹੁੰਦਾ ਹੈ ਜਿਸ ਨਾਲ ਫੇਫੜਿਆਂ ਅਤੇ ਖੂਨ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਮਨੁੱਖ ਵਿੱਚ ਲਹੂ ਗੇੜ ਪ੍ਰਣਾਲੀ ਦੇ ਘਟਕ ਕਿਹੜੇ ਹਨ ਇਹਨਾਂ ਘਟਕਾਂ ਦੇ ਕੀ ਕਾਰਜ ਹਨ ਹਾਂਜੀ ਬੱਚੇ ਮਨੁੱਖ ਵਿੱਚ ਲਹੂ ਦੇ ਕਿਹੜੇ-ਕਿਹੜੇ ਘਟਕ ਨੇ ਹਾਂਜੀ ਮਨੁੱਖ ਵਿੱਚ ਲਹੂ ਗੇੜ ਪ੍ਰਣਾਲੀ ਦੇ ਘਟਕ ਕਿਹੜੇ-ਕਿਹੜੇ ਨੇ ਦਿਲ ਲਹੂ ਅਤੇ ਲਹੂ ਵਹੀਣੀਆਂ ਪਹਿਲਾ ਦੇਖੋ ਦਿਲ ਦਾ ਕਾਰਜ ਦਿਲ ਦਾ ਕੀ ਕੰਮ ਹੈ ਦਿਲ ਆਕਸੀਜਨ ਰਹਿਤ ਲਹੂ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਫੇਫੜਿਆਂ ਤੱਕ ਅਤੇ ਆਕਸੀਜਨ ਵਾਲੇ ਲਹੂ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪੰਪ ਕਰਦਾ ਹੈ ਲਹੂ ਦੇ ਕਾਰਜ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਭੋਜਨ ਆਕਸੀਜਨ ਹਾਰਮੋਨ ਆਦਿ ਲਹੂ ਰਾਹੀਂ ਪਹੁੰਚਦੇ ਹਨ ਲਹੂ ਫालतू ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਵੀ ਮਦਦ ਕਰਦਾ ਹੈ ਅਗੇ ਲਹੂ ਭੀੜੀਆਂ ਦੇ ਕਾਰਜ ਹੁਣ ਲਹੂ ਵਹਿਣਿਆਂ ਦਾ ਕੀ ਕਾਰਜ ਹੈ ਬੱਚੇ? ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਲਹੂ ਦਿਲ ਤੋਂ ਪੰਪ ਹੋ ਕੇ ਲਹੂ ਵਹਿਣੀਆਂ ਕਿੜੀਆਂ ਨਹਿਤਮਣੀਆਂ ਤੇ ਸ਼ੀਰਾਵਾਂ ਇਹਨਾਂ ਲਹੂ ਵਹਿਣੀਆਂ ਰਾਹੀਂ ਹੀ ਜਾਂਦਾ ਹੈ। ਹਾਂਜੀ ਅਗਲਾ ਪ੍ਰਸ਼ਨ ਹੈ ਥਣਧਾਰੀਆਂ ਅਤੇ ਪੰਛੀਆਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਰੱਖਣਾ ਕਿਉਂ ਜ਼ਰੂਰੀ ਹੈ? ਹਾਂਜੀ ਥਣਧਾਰੀਆਂ ਅਤੇ ਪੰਛੀਆਂ ਵਿੱਚ ਵੱਧ ਊਰਜਾ ਦੀ ਲੋੜ ਹੁੰਦੀ ਹੈ ਅਤੇ ਸਰੀਰ ਦਾ ਤਾਪਮਾਨ ਸਥਿਰ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਇਸ ਲਈ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਰੱਖਣਾ ਜ਼ਰੂਰੀ ਹੁੰਦਾ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਨ ਪ੍ਰਣਾਲੀ ਦੇ ਕਿਹੜੇ ਘਟਕ ਹਨ ਹਾਂਜੀ ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਨ ਪ੍ਰਣਾਲੀ ਦੇ ਕਿਹੜੇ-ਕਿਹੜੇ ਘਟਕ ਨੇ ਜ਼ਾਇਲਮ ਅਤੇ ਫਲੋਇਮ ਹਾਂਜੀ ਬੱਚੇ ਹੁਣ ਇਹਦਾ ਕੰਮ ਕੀ ਹੈਗਾ ਜੜਾਂ ਤੋਂ ਪਾਣੀ ਅਤੇ ਖਣਿਜ ਇਹ ਜ਼ਾਇਲਮ ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਪੱਤਿਆਂ ਵਿੱਚ ਤਿਆਰ ਹੋਇਆ ਭੋਜਨ ਜਾਂ ਖੁਰਾਕ ਪੌਦੇ ਦੇ ਬਾਕੀ ਹਿੱਸਿਆਂ ਤੱਕ ਫਲੋਇਮ ਟਿਸ਼ੂ ਰਾਹੀਂ ਊਰਜਾ ਦੇ ਉਪਯੋਗ ਨਾਲ ਪਹੁੰਚਦਾ ਹੈ ਹਾਂਜੀ ਆਪਣਾ ਅਗਲਾ ਪ੍ਰਸ਼ਨ ਦੇਖੋ ਪੌਦਿਆਂ ਵਿੱਚ ਪਾਣੀ ਅਤੇ ਖਣਿਜ ਲੂਣਾਂ ਦਾ ਵਹਨ ਕਿਵੇਂ ਹੁੰਦਾ ਹੈ ਹਾਂਜੀ ਪੌਦੇ ਪਾਣੀ ਵਿੱਚ ਘੁਲੇ ਹੋਏ ਖਣਿਜ ਲੂਣ ਜੜ੍ਹਾਂ ਰੋਮਾਂ ਰਾਹੀਂ ਪ੍ਰਸਰਣ ਵਿਧੀ ਰਾਹੀਂ ਗ੍ਰਹਿਣ ਕਰਦੇ ਹਨ ਜੜ੍ਹਾਂ ਤੋਂ ਪਾਣੀ ਅਤੇ ਖਣਿਜ ਜ਼ਾਈਲਮ ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚ ਜਾਂਦਾ ਹੈ ਇਸ ਕਿਰਿਆ ਵਿੱਚ ਵਾਸ਼ਪ ਉਰਸਰਜਨ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਹੁਣ ਬੱਚੇ ਵਾਸ਼ਪ ਉਰ ਸਰਜਨ ਕਿਰਿਆ ਜਿਹੜੀ ਹੈ ਇਹ ਪੌਦਿਆਂ ਵਿੱਚ ਪਾਣੀ ਤੇ ਖਣਜ ਜੂਲ ਨੂੰ ਕਿਸ ਤਰ੍ਹਾਂ ਇਹ ਵਹਨ ਚ ਸਹਾਇਤਾ ਕਰਦੀ ਹੈ ਕਿਉਂਕਿ ਦੇਖੋ ਪੌਦੇ ਦੇ ਪੱਤਿਆਂ ਦੇ ਵਿੱਚ ਹੁੰਦੇ ਨੇ ਸਟੋਮਾਟਾ ਤਾਂ ਉਹਨਾਂ ਸਟੋਮਾਟਾ ਦਾ ਕੀ ਕੰਮ ਹੁੰਦਾ ਹੈ ਇੱਕ ਤਾਂ ਉਹਨਾਂ ਸਟੋਮਾਟਾ ਦਾ ਕੰਮ ਹੁੰਦਾ ਹੈ ਵੀ ਉਹ ਗੈਸਾਂ ਦਾ ਵਟਾਂਦਰਾ ਕਰਦੇ ਆਗੇ ਗੈਸ ਠੀਕ ਹੈ ਜੀ ਉਹ ਵਾਤਾਵਰਣ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਆ ਆਪਣਾ ਭੋਜਨ ਬਣਾਉਂਦੇ ਆ ਤੇ ਆਕਸੀਜਨ ਛੱਡਦੇ ਆ ਦੂਸਰਾ ਇਸ ਦਾ ਸਟੋਮਾਟਾ ਦਾ ਕੀ ਕੰਮ ਹੁੰਦਾ ਹੈਗਾ ਵਾਸ਼ਪ ਉਰਜਨ ਕਿਰਿਆ ਵਾਸ਼ਪ ਉਰਜਨ ਕਿਰਿਆ ਦੇ ਵਿੱਚ ਕੀ ਹੁੰਦਾ ਹੈਗਾ ਕਿ ਪੌਦੇ ਦੇ ਪੱਤੇ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਤਾਂ ਪੌਦੇ ਦੇ ਪੱਤੇ ਦੇ ਜਿਹੜੇ ਸਟੋਮਾਟਾ ਨੇ ਉਹ ਖੁੱਲ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਬਾਹਰ ਨਿਕਲ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਕੀ ਹੋ ਜਾਂਦਾ ਹੈਗਾ ਪੌਦੇ ਦੇ ਪੱਤੇ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਜਦੋਂ ਪੌਦੇ ਦੇ ਪੱਤੇ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਪੌਦੇ ਦੇ ਪੱਤੇ ਤੋਂ ਪੌਦੇ ਦੀਆਂ ਜੜਾਂ ਤੱਕ ਆਪਾਂ ਕਹਿ ਸਕਦਾ ਇੱਕ ਸੰਦੇਸ਼ ਭੇਜਿਆ ਜਾਂਦਾ ਹੈਗਾ ਵੀ ਉਹ ਜੜਾਂ ਨੇ ਜਿਹੜੀਆਂ ਉਹ ਧਰਤੀ ਦੇ ਵਿੱਚੋਂ ਪਾਣੀ ਨੂੰ ਸੋਖਣ ਤਾਂ ਇਸ ਤਰ੍ਹਾਂ ਵਾਸ਼ਪ ਉਤਸਰਜਨ ਕਿਰਿਆ ਜਿਹੜੀ ਹੈ ਇਹ ਵੀ ਪੌਦੇ ਵਿੱਚ ਪਾਣੀ ਅਤੇ ਖਣਿਜਾਂ ਦੇ ਲੂਣ ਦਾ ਵਹਨ ਜਿਹੜਾ ਹੈਗਾ ਕਰਨ ਦੇ ਵਿੱਚ ਇਹ ਸਹਾਇਤਾ ਕਰਦੀ ਹੈ ਹਾਂਜੀ ਬੱਚੇ ਆਪਣਾ ਅਗਲਾ ਕੁਐਸਚਨ ਹੈ ਪੌਦਿਆਂ ਵਿੱਚ ਖੁਰਾਕ ਦਾ ਸਥਾਨਾਂਤਰਣ ਕਿਵੇਂ ਹੁੰਦਾ ਹੈ ਪਿਛਲੇ ਪ੍ਰਸ਼ਨ ਦੇ ਵਿੱਚ ਆਪਾਂ ਨੇ ਪੜਾਇਆ ਸੀ ਕਿ ਪੌਦਿਆਂ ਦੇ ਵਿੱਚ ਪਾਣੀ ਦਾ ਸਥਾਨਾਂਤਰਣ ਕਿਵੇਂ ਹੁੰਦਾ ਹੈ ਇਸ ਕੁਐਸਚਨ ਦੇ ਵਿੱਚ ਆਪਾਂ ਪੜਾਂਗੇ ਕਿ ਪੌਦਿਆਂ ਵਿੱਚ ਖੁਰਾਕ ਦਾ ਸਥਾਨਾਂਤਰਣ ਕਿਵੇਂ ਹੁੰਦਾ ਹੈ ਹੁਣ ਦੇਖੋ ਪੱਤਿਆਂ ਵਿੱਚ ਤਿਆਰ ਹੋਇਆ ਭੋਜਨ ਜਾਂ ਖੁਰਾਕ ਪੌਦੇ ਦੇ ਬਾਕੀ ਹਿੱਸਿਆਂ ਤੱਕ ਫਲੋਇਮ ਟਿਸ਼ੂ ਰਾਹੀਂ ਊਰਜਾ ਦੇ ਉਪਯੋਗ ਨਾਲ ਪਹੁੰਚਦਾ ਹੈ ਸੁਕ੍ਰੋਜ਼ ਜਿਹੇ ਪਦਾਰਥ ਫਲੋਇਮ ਟਿਸ਼ੂ ਵਿੱਚ ATP ਤੋਂ ਪ੍ਰਾਪਤ ਊਰਜਾ ਨਾਲ ਹੀ ਸਥਾਣਾਂਤਰਿਤ ਹੁੰਦੇ ਹਨ ਇਹ ਟਿਸ਼ੂ ਦਾ ਪ੍ਰਸਰਣ ਦਬਾਅ ਵਧਾ ਦਿੰਦੇ ਨੇ ਜਿਸ ਕਾਰਨ ਪਾਣੀ ਇਸ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਹ ਦਬਾਅ ਪਦਾਰਥਾਂ ਨੂੰ ਫਲੋਇਮ ਤੋਂ ਉਸ ਟਿਸ਼ੂ ਤੱਕ ਲੈ ਜਾਂਦਾ ਹੈ ਜਿੱਥੇ ਕਿ ਦਬਾਅ ਘਟ ਹੁੰਦਾ ਹੈ ਤਾਂ ਬੱਚੇ 1 ਨੰਬਰ ਦਾ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ATP ਦੀ ਫੁੱਲ ਫਾਰਮ ਲਿਖੋ ਜਾਂ ATP ਦਾ ਪੂਰਾ ਨਾਮ ਕੀ ਹੈ ਤਾਂ ATP ਦਾ ਪੂਰਾ ਨਾਮ ਕੀ ਹੁੰਦਾ ਬੱਚੇ ਐਡੀਨੋਸਿਨ ਟ੍ਰਾਈ ਫਾਸਫੇਟ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਨੈਫਰੋਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ ਇਹ ਬੱਚੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਕਸਰ ਪੇਪਰ ਦੇ ਵਿੱਚ 2 ਜਾਂ 3 ਨੰਬਰ ਦਾ ਇਹ ਕੁਐਸਚਨ ਆ ਸਕਦਾ ਹੈ ਤਾਂ ਨੈਫਰੋਨ ਦੀ ਰਚਨਾ ਤੇ ਕਾਰਜ ਵਿਧੀ ਦੀ ਆਪਾਂ ਵਿਆਖਿਆ ਕਰਨੀ ਆ ਦੇਖੋ ਨੈਫਰੋਨ ਗੁਰਦੇ ਦੀਆਂ ਫਿਲਟਰੀ ਕਰਨ ਇਕਾਈਆਂ ਨੇ ਤਾਂ ਗੁਰਦੇ ਦੇ ਵਿੱਚੜੇ ਫਿਲਟਰ ਲੱਗੇ ਹੁੰਦੇ ਨੇ ਆਪਾਂ ਕਹਿ ਸਕਦੇ ਹਾਂ ਉਹ ਕਿਹੜੇ ਹੁੰਦੇ ਨੇ ਨੇਫਰੋਨ ਹਰ ਗੁਰਦੇ ਵਿੱਚ ਲਗਭਗ 1 ਤੋਂ 1.5 ਮਿਲੀਅਨ ਨੇਫਰੋਨ ਹੁੰਦੇ ਨੇ ਨੇਫਰੋਨ ਦੇ ਮੁੱਖ ਭਾਗ ਹੁੰਦੇ ਨੇ ਬੋਮਨ ਕੈਪਸੂਲ ਅਤੇ ਮੂਤਰ ਇਕੱਠਾ ਕਰਨ ਵਾਲੀਆਂ ਨਲੀਆਂ ਬੋਮਨ ਕੈਪਸੂਲ ਵਿੱਚ ਲਹੂ ਕੋਸ਼ਿਕਾਵਾਂ ਦਾ ਗੁੱਛਾ ਹੁੰਦਾ ਹੈਗਾ ਜਿਸ ਨੂੰ ਅਸੀਂ ਕੀ ਕਹਦੇ ਨੇ ਬੱਚੇ ਗਲੋਮੀਰੂਲਸ ਹੁਣ ਇਸ ਦੀ ਕਾਰਜ ਵਿਧੀ ਦੇ ਤਿੰਨ ਪੜਾਅ ਹੁੰਦੇ ਨੇ ਪਹਿਲਾ ਹੈਗਾ ਫਿਲਟਰੀ ਕਰਨ ਗਲੋਮੇਰੂਨਸ ਵਿੱਚੋਂ ਲਹੂ ਵਿੱਚ ਮੌਜੂਦ ਵਾਧੂ ਪਦਾਰਥ ਜਿਵੇਂ ਯੂਰੀਆ ਜਾਂ ਯੂਰਿਕ ਐਸਿਡ ਆਦਿ ਫਿਲਟਰ ਹੋ ਕੇ ਬੋਮਨ ਕੈਪਸੂਲ ਵਿੱਚ ਚਲੇ ਜਾਂਦੇ ਨੇ ਇਹਨਾਂ ਨੂੰ ਆਰੰਭਿਕ ਫਿਲਟ੍ਰੇਟ ਵੀ ਕਹਿੰਦੇ ਨੇ ਇਸ ਵਿੱਚ ਗਲੂਕੋਜ਼ ਅਮੀਨੋ ਤਜਾਬ ਲੂਣ ਅਤੇ ਪਾਣੀ ਵੀ ਮੌਜੂਦ ਹੁੰਦਾ ਹੈ ਹਾਂਜੀ ਅਗਲਾ ਪੜਾ ਹੈਗਾਗਾ ਮੂੜ ਸੋਖਣ ਜਦੋਂ ਆਰੰਭਿਕ ਫਿਲਟਰੇਟ ਨੇਫਰੋਨ ਦੇ ਨਾਲੀਦਾਰ ਹਿੱਸਿਆਂ ਵਿੱਚੋਂ ਲੰਘਦਾ ਹੈ ਤਾਂ ਇਸ ਵਿੱਚੋਂ ਗਲੂਕੋਜ਼ ਅਮੀਨੋ ਤੇਜਾਬ ਕੁਝ ਲੂਣ ਅਤੇ ਲੋੜ ਅਨੁਸਾਰ ਪਾਣੀ ਮੂੜ ਲਹੂ ਭੇਣੀਆਂ ਵਿੱਚ ਸੋਖੇ ਜਾਂਦੇ ਨੇ ਇੱਥੇ ਫਿਲਟਰੇਟ ਕੁਝ ਸੰਘਣਾ ਹੋ ਜਾਂਦਾ ਹੈ ਹਾਂਜੀ ਤੀਜਾ ਪੜਾ ਦੇਖੋ ਜੇਕਰ ਪਾਣੀ ਵੱਧ ਮਾਤਰਾ ਵਿੱਚ ਹੋਵੇ ਤਾਂ ਮੂਤਰ ਇਕੱਤਰ ਕਰਨ ਵਾਲੀਆਂ ਨਾਲੀਆਂ ਵਿੱਚੋਂ ਪਾਣੀ ਹੋਰ ਸੋਖਿਤ ਹੋ ਜਾਂਦਾ ਹੈ। ਹਰ ਇੱਕ ਗੁਰਦੇ ਵਿੱਚ ਬਣਨ ਵਾਲਾ ਮੂਤਰ ਅੰਤ ਵਿੱਚ ਇੱਕ ਲੰਬੀ ਵਹਿਣੀ ਵਿੱਚ ਪ੍ਰਵੇਸ਼ ਕਰਦਾ ਹੈਗਾ ਜੋ ਗੁਰਦੇ ਨੂੰ ਮੂਤਰ ਮਸਾਨੇ ਨਾਲ ਜੋੜਦੀ ਹੈ। ਤਾਂ ਬੱਚੇ ਇਸ ਤੋਂ ਬਾਅਦ ਦੇਖੋ ਇਹਨਾਂ ਨੇ ਜਿਹੜਾ ਨੈਫਰੋਨ ਦਾ ਚਿੱਤਰ ਬਣਾਇਆ ਹੈਗਾ। ਤਾਂ ਇਹ ਨੈਫਰੋਨ ਦਾ ਚਿੱਤਰ ਤੁਸੀਂ ਬਾਰ-ਬਾਰ ਆਪਣੇ ਕਾਪੀ ਦੇ ਉੱਤੇ ਬਣਾ ਕੇ ਦੇਖਣਾ ਹੈਗਾ। ਤੇ ਕਈ ਵਾਰ ਕੀ ਹੋ ਸਕਦਾ ਤੁਹਾਨੂੰ ਇਹ ਚਿੱਤਰ ਬਣਾਉਣਾ ਵੀ ਆ ਸਕਦਾ ਕਿ ਨੈਫਰੋਨ ਦਾ ਲੇਬਲ ਕੀਤਾ ਚਿੱਤਰ ਬਣਾਓ ਜਾਂ ਫਿਰ ਹੋ ਸਕਦਾ ਕਿ ਤੁਹਾਨੂੰ ਇਹ ਚਿੱਤਰ ਬਣਿਆ ਬਣਿਆ ਹੋਇਆ ਪੇਪਰ ਦੇ ਵਿੱਚ ਆਵੇ ਤੇ ਤੁਹਾਨੂੰ ਕਿਹਾ ਜਾ ਸਕਦਾ ਕਿ ਇਸ ਚਿੱਤਰ ਨੂੰ ਕਿਸ ਚਿੱਤਰ ਨੂੰ ਤੁਸੀਂ ਹੈਗਾ ਲੇਬਲ ਕਰੋ ਤਾਂ ਲੇਬਲ ਕਰਨ ਵੇਲੇ ਤੁਸੀਂ ਇਹਦੇ ਸਾਰੇ ਭਾਗ ਦੇਖਣਾ ਜਿਸ ਤਰ੍ਹਾਂ ਕਿ ਬੋਮਨ ਕੈਪਸੂਲਾ ਹੈ ਗਲੋਮੇਰੂਲਸ ਹੈ ਨੈਫਰੋਨ ਦਾ ਟਿਊਬੂਲਰ ਭਾਗ ਇਕੱਤਰ ਕਰਨ ਵਾਲੀ ਨਾਲੀ ਗੁਰਦਾ ਸਿਰਾ ਦੀ ਸ਼ਾਖਾ ਗੁਰਦੱਤ ਮਣੀ ਗੁਰਦੱਤ ਮਣੀ ਦੀ ਸ਼ਾਖਾ ਤਾਂ ਇਸ ਤਰ੍ਹਾਂ ਤੁਹਾਨੂੰ ਹੋ ਸਕਦਾ ਇਕੱਲਾ ਚਿੱਤਰ ਬਣਿਆ ਮਿਲ ਜੇ ਤੇ ਤੁਹਾਨੂੰ ਕਿਹਾ ਜਾ ਸਕਦਾ ਕਿ ਇਸ ਨੂੰ ਲੇਬਲ ਕਰੋ ਜਾਂ ਫਿਰ ਤੁਹਾਨੂੰ ਇਹ ਕਿਹਾ ਜਾ ਸਕਦਾ ਕਿ ਨੈਫਰੋਨ ਦਾ ਲੇਬਲ ਕੀਤਾ ਚਿੱਤਰ ਬਣਾਓ ਤਾਂ ਇਸ ਲਈ ਤੁਹਾਨੂੰ ਇਹ ਚਿੱਤਰ ਜਿਹੜਾ ਹੈ ਚੰਗੀ ਤਰ੍ਹਾਂ ਬਣਾਉਣਾ ਆਉਣਾ ਚਾਹੀਦਾਗਾ ਤਾਂ ਤੁਸੀਂ ਇਸ ਚਿੱਤਰ ਦੀ ਪ੍ਰੈਕਟਿਸ ਕਰਨੀ ਹੈ ਇਸ ਨੂੰ 2-3 ਵਾਰ ਆਪਣੀ ਕਾਪੀ ਦੇ ਉੱਤੇ ਬਣਾ ਕੇ ਜਰੂਰ ਦੇਖਣਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਮਲ ਉਤਪਾਦਾਂ ਤੋਂ ਛੁਟਕਾਰਾ ਪਾਉਣ ਲਈ ਪੌਦੇ ਕਿਹੜੀਆਂ ਵਿਧੀਆਂ ਵਰਤਦੇ ਹਨ ਹਾਂਜੀ ਪੌਦੇ ਨੇ ਜਿਹੜੇ ਉਹ ਮਲ ਤਿਆਗ ਕਿਸ ਤਰ੍ਹਾਂ ਕਰਦੇ ਆ ਪੌਦੇ ਫालतू ਪਾਣੀ ਨੂੰ ਵਾਸ਼ਪੂਰਜਨ ਰਾਹੀਂ ਬਾਹਰ ਕੱਢਦੇ ਨੇ ਪੌਦੇ ਫालतू ਗੈਸਾਂ ਨੂੰ ਪੱਤਿਆਂ ਦੇ ਸਟੋਮਾਟਾ ਰਾਹੀਂ ਬਾਹਰ ਕੱਢਦੇ ਨੇ ਗੂੰਧ ਅਤੇ ਰੇਜ਼ਿਨ ਆਦੀ ਸੱਕ ਦੇ ਛੇਦਾਂ ਲੈਂਟੀਸਲ ਰਾਹੀਂ ਬਾਹਰ ਕੱਢਦੇ ਹਨ ਇਸ ਤੋਂ ਇਲਾਵਾ ਪੌਦੇ ਪੱਤੇ ਝੜ ਨਾਲ ਵੀ ਕੁਝ ਮਲੁਤਪਾਦਾਂ ਤੋਂ ਛੁਟਕਾਰਾ ਪਾਉਂਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਮੂਤਰ ਬਣਨ ਦੀ ਮਾਤਰਾ ਕਿਵੇਂ ਨਿਯਮਿਤ ਹੁੰਦੀ ਹੈ ਹਾਂਜੀ ਮੂਤਰ ਬਣਨ ਦੀ ਮਾਤਰਾ ਗੁਰਦਿਆਂ ਰਾਹੀਂ ਨਿਯਮਿਤ ਹੁੰਦੀ ਹੈ ਮੂਤਰ ਦੀ ਮਾਤਰਾ ਵਾਧੂ ਪਾਣੀ ਮੂਤਰ ਵਰਦਕ ਪਦਾਰਥ ਜਿਵੇਂ ਕਿ ਚਾਹ ਜਾਂ ਕੌਫੀ ਆਦਿ ਅਤੇ ਪਾਣੀ ਵਿੱਚ ਘੁਲੇ ਹੋਏ ਵਿਰਥ ਪਦਾਰਥਾਂ ਦੀ ਮਾਤਰਾ ਤੇ ਵੀ ਨਿਰਭਰ ਕਰਦੀ ਹੈ ਤਾਂ ਬੱਚੇ ਇਹ ਸੀ ਆਪਣੇ ਅੱਜ ਜੈਵਿਕ ਪ੍ਰਕਿਰਿਆਵਾਂ ਪਾਠ ਦੇ ਅਧਿਆਏ ਅੰਦਰਲੇ ਪ੍ਰਸ਼ਨ ਉੱਤਰ ਤਾਂ ਇਸ ਪਾਠ ਦੇ ਜਿਹੜੇ ਅੱਗੇ ਅਭਿਆਸ ਦੇ ਪ੍ਰਸ਼ਨ ਉੱਤਰ ਨੇ ਇਹ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਬੱਚੇ ਉਮੀਦ ਕਰਦੇ ਆ ਕਿ ਤੁਹਾਨੂੰ ਆਪਣੇ ਅੱਜ ਦੇ ਇਹ ਜਿਹੜੇ ਕਿਤਾਬ ਦੇ ਅਧਿਆਏ ਅੰਦਰਲੇ ਪ੍ਰਸ਼ਨ ਉੱਤਰ ਨੇ ਉਹ ਤੁਹਾਨੂੰ ਸਮਝ ਆ ਗਏ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ Dann war